ਕੁੜੀਆਂ ਨੇ ਜੀ ਆ ਦੇਖੋ ਇਸ ਮੁੰਡੇ ਦੀਆਂ 10 ਕੁੜੀਆਂ 4 ਸਾਲਾਂ ਤੋਂ ਵੇਚਦਾ ਆ ਰਿਹਾ ਇਹ ਨਸ਼ਾ 4 ਸਾਲ ਹੋ ਗਏ ਇਹਨੂੰ ਵੇਚਦੇ ਨੂੰ ਰਾਜੂ ਨੇ ਮੈਨੂੰ ਤੰਗ ਕਰਿਆ ਹੋਇਆ ਵੀ ਨਸ਼ਾ ਲੈ ਲਓ ਮੈਨੂੰ ਬੁਲਾਇਆ ਨੇ ਜੂਸ ਵਾਲੀ ਦੁਕਾਨ ਤੇ ਜੀ ਰਾਜ ਦਾ ਫੋਨ ਕਰਦਾ ਵਾ ਵੀ ਤੁਸੀਂ ਨਸ਼ੇ ਦੀ 2 ਕੁੜੀਆਂ ਲੈਣੀਆਂ 1 ਲੈਣੀਆਂ ਨੇ ਹਾਂਜੀ ਇਹਨੂੰ ਇਹ ਨਹੀਂ ਪਤਾ ਸੀ ਕਿ ਕਿਹਦੇ ਨਾਲ ਗੱਲ ਕਰਦਾ ਵਾ ਰਾਤ ਤਾਂ ਮੇਰੇ ਨਾਲ ਗੱਲ ਕਰੀ ਜਾਂਦਾ ਵਾ ਸਵੇਰੇ ਵੀ ਪੁੱਛਦਾ ਵਾ ਪੈਸੇ ਕੱਢ ਕੇ ਰੱਖ ਮੈਂ ਆ ਗਿਆ 1 ਪੂੜੀ ਲਾਉਂਗਾ ਕਿ 2 ਲਾਉਂਗਾ ਮੈਂ ਕਿਹਾ ਯਾਰ ਲਿਆ ਤੂੰ 2 ਹੀ ਲਿਆ ਇਹਨੂੰ ਕਿਹੜਾ ਪਤਾ ਸੀ ਕਿਹਦੇ ਨਾਲ ਗੱਲ ਕਰਦਾ ਪਿਆ ਇਹ ਮੈਨੂੰ ਕਹਿ ਰਿਹਾ ਤੇਰੀ ਦੁਕਾਨ ਤਾਂ ਬੰਦ ਆ ਯਾਰ ਮੈਂ ਕਿਹਾ ਨਹੀਂ ਯਾਰ ਦੁਕਾਨ ਮੇਰੀ ਖੁੱਲੀ ਆ ਕਹਿ ਰਿਹਾ ਫਿਰ ਯਾਰ ਮੇਰਾ 100 ਰੁਪਏ ਦਾ ਨੁਕਸਾਨ ਹੋ ਗਿਆ ਜੂਸ ਦਾ ਇਸ ਕਰਕੇ ਤੂੰ ਜੂਸ ਦੇ ਨਾਲੇ 100 ਰੁਪਇਆ ਦੇ ਕੇ ਜਾ ਨਾਲੇ ਜੂਸ ਵਾਲੀ ਦੁਕਾਨ ਤੋਂ ਮੈਥੋਂ ਲੈ ਜਾ ਆਪਣਾ ਸਮਾਨ ਮੈਂ ਜੂਸ ਵਾਲੀ ਦੁਕਾਨ ਤੇ ਬੈਠਾ ਵਾਂ ਕਹਿੰਦਾ 4 ਸਾਲ ਹੋ ਗਏ ਤੇਰੇ ਪੰਗਿਆਂ 'ਚ ਮੈਨੂੰ ਤੂੰ ਕਦੀ ਟਾਈਮ ਤੇ ਤਾਂ ਆਉਂਦਾ ਨਹੀਂ ਹੈਗਾ ਇਹਨੇ ਮੈਨੂੰ ਇਹ ਗੱਲ ਕਹੀ ਆ ਕਹਿੰਦਾ ਤੇਰੇ ਪਿੱਛੇ ਮੈਂ ਕਿੰਨੇ ਬੰਦੇ ਬਦਲ ਚੁੱਕਿਆ ਵਾਂ ਇਹ ਗੱਲਾਂ ਕਰਦਾ ਪਿਆ ਵਾ ਇਹ ਮੈਂ ਉਹਨੂੰ 20 ਵਾਰੀ ਸਮਝਾ ਚੁੱਕੀ ਹਾਂ ਕਿ ਵੀ ਮੇਰਾ ਮੁੰਡਾ ਇੱਕ ਮਰ ਚੁੱਕਿਆ ਵਾ ਇਸ ਨੂੰ ਨਾ ਮਾਰ ਤੂੰ ਨਾ ਮਾਰ ਮੇਰਾ 22 ਸਾਲਾਂ ਦਾ ਮੁੰਡਾ ਮਰ ਗਿਆ ਇੱਕ ਇਹਦੇ ਨਸ਼ਿਆਂ ਦੇ ਚੱਕਰਾਂ ਵਿੱਚ ਇਹਨਾਂ ਨੇ ਹੀ ਮਾਰਿਆ ਮੇਰਾ ਮੁੰਡਾ 22 ਸਾਲ ਦਾ ਹੁਣ ਦੂਸਰੇ ਮੁੰਡੇ ਦੇ ਪਿੱਛੇ ਪਏ ਹੋਏ ਨੇ ਇਹ 4 ਸਾਲ ਹੋ ਗਏ ਇਹਨੂੰ ਨਸ਼ਾ ਵੇਚਦੇ ਨੂੰ ਇੱਕ ਔਰਤ ਦੇ ਵੱਲੋਂ ਨਸ਼ਾ ਤਸਕਰ ਨੂੰ ਨਸ਼ੇ ਸਮੇਤ ਰੰਗੇ ਹੱਥੀ ਕਾਬੂ ਕੀਤਾ ਗਿਆ ਹਾਲਾਂਕਿ ਉਸਦੇ ਨਾਲ ਜਦੋਂ ਉਸਨੂੰ ਕਾਬੂ ਕੀਤਾ ਤਾਂ ਉਸਦੇ ਨਾਲ ਕੁੱਟਮਾਰ ਵੀ ਲੋਕਾਂ ਦੇ ਵੱਲੋਂ ਕੀਤੀ ਗਈ ਹੈ ਅਤੇ ਔਰਤ ਨੇ ਇਲਜ਼ਾਮ ਲਗਾਏ ਨੇ ਕਿ ਇਹ ਸ਼ਖਸ ਇਸ ਇਲਾਕੇ ਦੇ ਵਿੱਚ ਕਰੀਬ 4 ਸਾਲ ਤੋਂ ਨਸ਼ੇ ਦੀ ਤਸਕਰੀ ਕਰ ਰਿਹਾ ਅਤੇ ਇਸਦੇ ਨਾਲ ਹੀ ਉਸ ਔਰਤ ਦਾ ਕਹਿਣਾ ਕਿ ਉਸਦੇ ਇੱਕ 22 ਸਾਲ ਦੇ ਬੇਟੇ ਦੀ ਨਸ਼ਿਆਂ ਦੇ ਕਾਰਨ ਹੀ ਜਾਨ ਜਾ ਚੁੱਕੀ ਹੈ ਜਦਕਿ ਦੂਸਰਾ ਬੇਟਾ ਵੀ ਉਸਦਾ ਹੁਣ ਨਸ਼ਿਆਂ ਦੇ ਉੱਤੇ ਲੱਗ ਗਿਆ ਹਾਲਾਂਕਿ ਇਸ ਮੌਕੇ ਉਸ ਔਰਤ ਨੇ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਮਾਮਲਾ ਨਾਲਾਗੜ੍ਹ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਔਰਤ ਨੇ ਖੁਦ ਹੀ ਨਸ਼ਾ ਤਸਕਰ ਨੂੰ ਕਾਬੂ ਕੀਤਾ ਤੇ ਉਸਦੇ ਨਾਲ ਕੁੱਟਮਾਰ ਕੀਤੀ ਗਈ ਹੈ ਕੁੜੀਆਂ ਨੇ ਜੀ ਆ ਦੇਖੋ ਇਸ ਮੁੰਡੇ ਦੀਆਂ 10 ਕੁੜੀਆਂ 4 ਸਾਲਾਂ ਤੋਂ ਵੇਚਦਾ ਆ ਰਿਹਾ ਇਹ ਨਸ਼ਾ 4 ਸਾਲ ਹੋ ਗਏ ਇਹਨੂੰ ਵੇਚਦੇ ਨੂੰ ਰਾਜੂ ਨੇ ਮੈਨੂੰ ਤੰਗ ਕਰਿਆ ਹੋਇਆ ਵੀ ਨਸ਼ਾ ਲੈ ਲਓ ਮੈਨੂੰ ਬੁਲਾਇਆ ਨੇ ਜੂਸ ਵਾਲੀ ਦੁਕਾਨ ਤੇ ਜੀ ਰਾਜ ਦਾ ਫੋਨ ਕਰਦਾ ਵਾ ਵੀ ਤੁਸੀਂ ਨਸ਼ੇ ਦੀ 2 ਕੁੜੀਆਂ ਲੈਣੀਆਂ 1 ਲੈਣੀਆਂ ਨੇ ਹਾਂਜੀ ਇਹਨੂੰ ਇਹ ਨਹੀਂ ਪਤਾ ਸੀ ਕਿ ਕਿਹਦੇ ਨਾਲ ਗੱਲ ਕਰਦਾ ਵਾ ਰਾਤ ਤਾਂ ਮੇਰੇ ਨਾਲ ਗੱਲ ਕਰੀ ਜਾਂਦਾ ਵਾ ਸਵੇਰੇ ਵੀ ਪੁੱਛਦਾ ਵਾ ਪੈਸੇ ਕੱਢ ਕੇ ਰੱਖ ਮੈਂ ਆ ਗਿਆ 1 ਕੁੜੀ ਲਾਉਂਗਾ ਕਿ 2 ਲਾਉਂਗਾ ਮੈਂ ਕਿਹਾ ਯਾਰ ਲਿਆ ਤੂੰ 2 ਹੀ ਲਿਆ ਇਹਨੂੰ ਕਿਹੜਾ ਪਤਾ ਸੀ ਕਿਹਦੇ ਨਾਲ ਗੱਲ ਕਰਦਾ ਪਿਆ ਇਹ ਮੈਨੂੰ ਕਹਿ ਰਿਹਾ ਤੇਰੀ ਦੁਕਾਨ ਤਾਂ ਬੰਦ ਆ ਯਾਰ ਮੈਂ ਕਿਹਾ ਨਹੀਂ ਯਾਰ ਦੁਕਾਨ ਮੇਰੀ ਖੁੱਲੀ ਆ ਕਹਿ ਰਿਹਾ ਫਿਰ ਯਾਰ ਮੇਰਾ 100 ਰੁਪਏ ਦਾ ਨੁਕਸਾਨ ਹੋ ਗਿਆ ਜੂਸ ਦਾ ਇਸ ਕਰਕੇ ਤੂੰ ਜੂਸ ਦੇ ਨਾਲੇ 100 ਰੁਪਇਆ ਦੇ ਕੇ ਜਾ ਨਾਲੇ ਜੂਸ ਵਾਲੀ ਦੁਕਾਨ ਤੋਂ ਮੈਥੋਂ ਲੈ ਜਾ ਆਪਣਾ ਸਮਾਨ ਮੈਂ ਜੂਸ ਵਾਲੀ ਦੁਕਾਨ ਤੇ ਬੈਠਾ ਵਾਂ ਕਹਿੰਦਾ 4 ਸਾਲ ਹੋ ਗਏ ਤੇਰੇ ਪੰਗਿਆਂ 'ਚ ਮੈਨੂੰ ਤੂੰ ਕਦੀ ਟਾਈਮ ਤੇ ਤਾਂ ਆਉਂਦਾ ਨਹੀਂ ਹੈਗਾ ਇਹਨੇ ਮੈਨੂੰ ਇਹ ਗੱਲ ਕਹੀ ਆ ਕਹਿ ਰਿਹਾ ਤੇਰੇ ਪਿੱਛੇ ਮੈਂ ਕਿੰਨੇ ਬੰਦੇ ਬਦਲ ਚੁੱਕਿਆ ਵਾਂ ਇਹ ਗੱਲਾਂ ਕਰਦਾ ਪਿਆ ਵਾ ਇਹ ਮੈਂ ਉਹਨੂੰ 20 ਵਾਰੀ ਸਮਝਾ ਚੁੱਕੀ ਹਾਂ ਕਿ ਵੀ ਮੇਰਾ ਮੁੰਡਾ ਇੱਕ ਮਰ ਚੁੱਕਿਆ ਵਾ ਇਸ ਨੂੰ ਨਾ ਮਾਰ ਤੂੰ ਨਾ ਮਾਰ ਮੇਰਾ 22 ਸਾਲਾਂ ਦਾ ਮੁੰਡਾ ਮਰ ਗਿਆ ਇੱਕ ਇਹਦੇ ਨਸ਼ਿਆਂ ਦੇ ਚੱਕਰਾਂ ਵਿੱਚ ਇਹਨਾਂ ਨੇ ਹੀ ਮਾਰਿਆ ਮੇਰਾ ਮੁੰਡਾ 22 ਸਾਲ ਦਾ ਹੁਣ ਦੂਸਰੇ ਮੁੰਡੇ ਦੇ ਪਿੱਛੇ ਪਏ ਹੋਏ ਨੇ ਇਹ 4 ਸਾਲ ਹੋ ਗਏ ਇਹਨੂੰ ਨਸ਼ਾ ਵੇਚਦੇ ਨੂੰ